ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਆ ਗਿਆ ਵੇਖੀ ਜਾਏਗੀ। ਇਹ ਗੱਲ ਇੱਥੋਂ ਸ਼ੁਰੂ ਹੋਈ ਹੈ ਤੇ ਤੁਸੀਂ ਇਹ ਵੇਖਣਾ ਵੀ ਗੱਲ ਨਿਬੜੇਗੀ ਕਿੱਥੇ ਜਾ ਕੇ ਤੇ ਇਹ ਗੱਲ ਦਾ ਮੁੱਲ ਤਾਂ ਕੀ ਪਏਗਾ। ਵੇਖਣ ਸੋਚਣ ਵਾਲੀ ਗੱਲ ਇਹ ਆ, ਦੋਵੇਂ ਸਿੰਘ ਸੰਤੋਰਾ ਹੈ, ਚੌਧਰੀ ਨਹੀਂ ਸੀ ਕੰਮ ਵਾਲਾ, ਘੋੜੀਆਂ ਖੋਲਦਾ ਸੀ। ਦੋਵਾਂ ਸਿੰਘਾਂ ਨੇ ਗੁਰਮਤਾ ਕੀਤਾ ਕਿ ਜੇ ਝੂਠੀ ਸਰਕਾਰ ਵੀ ਨਹੀਂ ਨਾ ਸੁਣੀ ਤੇ ਸੱਚੀ ਸਰਕਾਰ ਸੁਣੀ। ਉਹਨਾਂ ਦੋਵਾਂ ਸਿੰਘਾਂ ਨੇ ਗੁਰੂ ਖਾਲਸੇ ਪੰਥ ਦੇ ਚਰਨ ਪਰਸੇ ਉਸ ਏਰੀਏ ਵਿੱਚ, ਮਾਝੇ ਦੇ ਏਰੀਏ ਵਿੱਚ ਪਿੰਡ ਪੈਂਦਾ ਭੁੱਸਾ ਪਿੰਡ, ਉਹ ਭੁੱਸੇ ਪਿੰਡ ਵਿੱਚ ਇੱਕ ਤਿਆਰ ਦਾ ਤਿਆਰ ਯੋਧਾ ਜਰਨੈਲ ਨਿਹੰਗ ਸਿੰਘ ਬਾਬਾ ਭਗੇਰ ਸਿੰਘ ਭੁੱਸਿਆਂ ਦੇ ਰਹਿੰਦੇ ਸੀ। ਬੜਾ ਚੰਗੀ ਜਰਨੈਲ ਸੀ, ਉਹਨੇ ਬਾਬੇ ਬੰਦਾ ਸਿੰਘ ਬਹਾਦਰ ਨਾਲ ਜੰਗ ਲੜੇ ਸੀ। ਪਰ ਬੰਦਈਆ ਤੇ ਤਾਂ ਖਾਲ ਸਿੰਘ ਕੋਈ ਰਹਿੰਦੇ ਹੋਈ ਜਿਹਦੇ ਵਿੱਚ ਬੰਦਈ ਨੇ ਆਪਣਾ ਲਿਆ ਚੁੱਕ ਕੇ ਲੈ ਗਏ ਤੇ ਬਾਕੀ ਜਿਹੜੇ ਸਿੰਘ ਸੀ ਉਹ ਆਪਣੇ ਆਸਣਾਂ 'ਤੇ ਆ ਗਏ।